फसल केंद्री बंदा मार मैं तेन छुड़ा लाएंगे यार लाले कोई बंदा बंदा मार ना था दस वो कम्मा कारा वाले मुंडे सानू ना तू शेर तेरी गल दा जवाब लाले जी ਤੁਹਾਡੇ ਕੋ ਇਸ ਟਾਈਮ ਮਤਲਬ ਕਿ ਕਿੰਨੀਆਂ ਕਾਰਾਂ ਨੇ ਕਿੰਨਾ ਰਕਮ ਹੈ ਮਾਸ਼ਾਅੱਲਾ ਉਹ ਦੱਸੋ ਆਪਣੇ ਕੋ ਫਾਰਚੂਨਰ ਦੇ ਬਾਰੇ ਜਾਂ ਕਿਹੜੀ ਖਰੀਦੀ ਉਹ ਇੱਥੇ ਬ੍ਰੇਕ ਲਾਹੀ ਮੜੀ ਜੀ ਉਹ ਇੱਥੇ ਬ੍ਰੇਕ ਲਾਹੀ ਮੜੀ ਜੀ फल सारा थले डिगया पाया बेरी का बेर सारे किसी ने खादा ही नहीं है मैं तो गरीबा का पेल भला बहुत सोचता है कोई बंदा आके खावे यार किसी के मुंह च पवे थले वेखो जाया हो रहा पैर थले आके सलाम अलैकुम जी मीर सारे खैरियत ना हो गए असं अज आए अपने चक 208 नाई नार दे विच ठीक है चोरी ममल सेब दे डेरे ते कोई फिरे डोरा करन आए हैं थोड़ा बहा यार इधर चोरी मजा मुजा बहा मजा बहा परा माड़ा जूम मार को डेरा डोरा भी परा बहा ना नहीं लाला मनीर दा छोटा भरा भी नाल लैके आए हैं थोड़ा थले हो जा लाला पिछे नू मारी जू ओ बैठा ही चलो जी आज तुम मजा कट्टा विजिट करवाने आ चेक करो जी आ कट्टियां जड़ियां है ने, ओ, मज दियां पानी पी रही है चेक करो उधर आ चेक कराने वाले कट्टियां गुजराती नसल दियां गुजराती नसल हां चेक करो माशाल्लाह इहदे वाल का तो इन्ने गुजराती नसल है गुजराती नसल दे वाल वावा हां आ चेक करो ये है ये साहीवाल जी आ कट्टी चेक करो आ कट्टी चेक करो यार माशाल्लाह ये अद्धी इत्थों चिट्टी इत्थों काली यार ये क्रीम लाई सी ओ डब खड़बी लग गई तिब्बत इनू आ चेक करो हां आ बोले से चेक करो पूरे जिस्म ते दोबारा बोल चिट्टे होए ने ते आ मथा हां ਇਹਦੀ ਹੁਣ ਜਾਮਦ ਸ਼ਾਮਦ ਕਰਾਵਾਂਗੇ ਹਾਂ ਚੈੱਕ ਕਰੋ ਮਾਸ਼ਾਅੱਲਾ ਮਾਰੀ ਨਾ ਆਜੋ ਅੱਗੇ ਆਜੋ ਆ ਚਿੱਟੀ ਇਹ ਸਾਰੀ ਚਿੱਟੀ ਹੋ ਗਈ ਇਹਨੂੰ ਫੈਰਨ ਨਬਲੀ ਲਾਈ ਸੀ ਇਧਰ ਆ ਓਏ ਡਰਦੀ ਇਹਨੂੰ ਜਾਣ ਬੰਦੇ ਨੂੰ ਯਾਰ ਅੱਛਾ ਹਾਂ ਤੁਹਾਨੂੰ ਜਾਣਦੀ ਹੋਰ ਤਾਂ ਹੀ ਤੇ ਡਰਦੀ ਬਈ ਇਹ ਮਾਸ਼ਾਅੱਲਾ ਦੁੱਧ ਚੰਗਾ ਦਿੰਦੀ ਹੈਗੀ 6-7 ਕਿਲੋ ਦੇ ਦਿੰਦੀ ਹੈਗੀ ਬਸ ਗਾਂ ਹੋ ਗਏ 6-7 ਕਿਲੋ ਉਹ ਇੱਕ ਟਾਈਮ ਦਾ ਦਿੰਦੀ ਨਾ ਦਿਨ ਦਿਨ ਤੇ ਤੁਸੀਂ ਪੀਂਦੇ ਹੋ ਦੁੱਧ ਹਾਂਜੀ ਪੀਂਦੇ ਆ ਜੀ ਸੇਧ ਚੈੱਕ ਕਰੋ ਮਾਸ਼ਾਅੱਲਾ ਆ ਜੀ ਆ ਕਣਕ ਚੈੱਕ ਕਰੋ ਮਾਸ਼ਾਅੱਲਾ ਤਿਆਰ ਹੋ ਰਹੀ ਹੈ ਕੋਈ ਹੋਰ 8-10 ਦਿਨ ਨੇ ਤਿਆਰ ਹੋ ਜਾਏਗੀ ਅੱਛਾ ਇਹ ਫੀ ਜਿਹੜਾ ਹੈ ਉਹ ਕਿੰਨੇ ਕੀ ਉਸਤਾਰੀ ਹੈ ਇਹਦੀ ਆ ਜਾਏਗੀ 50 ਕਮਾਣੇ ਇਨਸ਼ਾਅੱਲਾ ਚੈੱਕ ਕਰੋ ਕਣਕ ਮਾਸ਼ਾਅੱਲਾ ਆ ਚੈੱਕ ਕਰਾਓ ਜੀ ਮਾੜਾ ਜ਼ੂਮ ਕਰਕੇ ਚੈੱਕ ਹਾਂਜੀ ਤਿਆਰ ਹੋ ਰਹੀ ਬਸ ਹੋਰ 10 ਦਿਨ ਨੇ ਹਾਂਜੀ ਕਿ 10 ਦਿਨਾਂ ਬਾਅਦ ਇਹਨੂੰ ਹਾਂਜੀ रस्सी बन के लमकिया सारा सारा दिन सींड चौंदा हुंदा सी हुण इहदी शकल भी तुहानूं आ गई बंदे दी आ बंदे दी शकल चेक करो माड़ी जी ये बंदा हुण सानूं गल नहीं करदा टोबियां दा पाणी पी आ कणक यार लम्मी पै गई है वावां नेर 2-4 दिन बहुत चले ने पानी पूनी लाया सी ते लम्मी पै गई है नुकसान हो गया कोई 2-3 लाख रुपए का 2-3 लाख हां जी इन्नी लम्मी पई है वावा पई नहीं अगे अगे वावा लम्मी पई है की इवें ही मतलब इन्नी इन्नी लम्मी पै गई जणियां नु इन्ना नुकसान की हां ये तो ताड़ी गल सही है हां फसल बीजी है 4 किले दे फसल केंदी बंदा मार मैं तेनु छुड़ा लाएंगे यार लाले जी हां फसल यार ही बंदा मार लाले नु आप ही छुड़ा हां ओ जी आ तानू अमरूद भी खाने अमरूद पिछले दिनों च बीजे है सी सुफियान साहब चेक करो माशाल्लाह माशाल्लाह इन्नू अमरूद कितना तैयार है ਇਹ ਕੋਈ 3-4 ਮਹੀਨੇ ਨੂੰ ਤਿਆਰ ਹੋਣ ਤੇ ਲੱਗਣਗੇ ਬੂਟੇ ਨੂੰ ਯਾਰ ਲਾਲਾ 3-4 ਮਹੀਨੇ ਚ ਬੂਟਾ ਤਿਆਰ ਹੋ ਜਾਂਦਾ ਹੈ ਹਾਂਜੀ ਹੋਏਗਾ ਇਨਸ਼ਾਅੱਲਾ ਇਹਨੂੰ ਆਪਾਂ ਖਰਾਕਾਂ ਪਾਵਾਂਗੇ ਐਸੀਆਂ ਖਾਦਾਂ ਹਾਂ ਸਮਝ ਜਲਦੀ ਆ ਰਹੀ 4 ਮਹੀਨੇ ਚ ਯਾਰ ਹੋਏਗਾ ਇਨਸ਼ਾਅੱਲਾ ਚੋਕ ਦੀ ਦਾਤ ਨਹੀਂ ਲਾ ਲਈ ਨਹੀਂ ਯਾਰ ਅੱਛਾ ਚਲ ਮਾਸ਼ਾਅੱਲਾ 4-5 ਮਹੀਨੇ ਤੇ ਲੱਗ ਹੀ ਜਾਣਗੇ ਬੂਟੇ ਨੂੰ ਹਾਂ ਇਹਨੂੰ ਆ ਹੁਣ ਉਹ ਕਸਫਾਈਸ ਹੋਈ ਮਜ਼ਾਰੇ ਨੂੰ ਕਾਹਾਂ ਕਰੇਗਾ ਠੀਕ ਮਜ਼ਾਰੇ ਦਾ ਨਾਮ ਹੈਗਾ ਸੇਬ ਓਏ ਅਬਦੁੱਲਾ ਓਏ ਹਾਂ ਸੱਚ ਦੁਬਾਰਾ ਆਏ ਕਲਿੱਪ ਕਰ ਕੋਈ ਨਹੀਂ ਦੁਬਾਰਾ ਕਹਦੇ ਸੇ ਬਾਬਾ ਜ਼ਾਰਾ ਜੀ ਓਏ ਅਬਦੁੱਲਾ ਆਜੋ ਹੁਣ ਤੁਹਾਨੂੰ ਰਾਇਆ ਵੱਡਿਆ ਪਿਆ ਉਹ ਚੈੱਕ ਕਰਉਨੇ ਆ ਗਏ ਆ ਯਾਰ ਵਿਖਾਓ ਜੀ ਇੱਕ ਆ ਬੂਟਾ ਵੀ ਲੱਗਾ ਇੱਕ ਆ ਵੀ ਬੂਟਾ ਲਾਇਆ 3-4 ਬੂਟੇ ਲਾਏ ਸੀ ਮਾਸ਼ਾਅੱਲਾ ਚੈੱਕ ਕਰੋ ਬੂਟਾ ਓਏ ਛੋਟੇ ਛੋਟੇ ਪੈਦਾਵਾਰ ਕਿੱਡੀ ਹੋਈ ਆ ਰਾਇਆ ਚੈੱਕ ਕਰਾਓ ਯਾਰ ਵੱਡਿਆ ਪਿਆ ਮਾਸ਼ਾਅੱਲਾ ਆਪਣਾ ਆ ਚੈੱਕ ਕਰੋ ਜੀ ਰਾਇਆ ਆ ਰਾਇਆ ਹੈਗਾ ਜਿਹੜਾ ਤੁਸੀਂ ਸਿਰਾਂ ਨੂੰ ਤੇਲ ਲਾਉਂਦੇ ਆਗੇ ਜੀ
ਚੈੱਕ ਕਰਾਓ ਬੂਟੇ ਪੱਟ ਕੇ ਲੈ ਕੇ ਜਾ ਸਕਦਾ ਹੈਗਾ। ਆਓ ਆ ਚੈੱਕ ਕਰੋ ਯਾਰ, ਫਾਰਮ ਹਾਊਸ ਦੇ ਉੱਤੇ ਲਾਇਆ ਹੈਗਾ। ਚੈੱਕ ਕਰੋ ਯਾਰ ਬੂਟਿਆਂ ਨੂੰ, ਮਾਸ਼ਾਅੱਲਾ ਕਿੰਨੂਆਂ ਦੇ ਨੂੰ ਕਲੀਆਂ ਛੜੀਆਂ ਲੱਗੀਆਂ ਹੋਈਆਂ ਨੇ। ਆ ਚੈੱਕ ਕਰੋ, ਜ਼ੂਮ ਕਰਕੇ ਚੈੱਕ ਕਰਾਓ ਯਾਰ। ਹਲ ਤਿਆਰ ਹੋ ਰਿਹਾ ਮਾਸ਼ਾਅੱਲਾ। ਅਗਰ ਕਿਸੇ ਭਰਾ ਨੇ ਖਾਣਾ ਹੋਵੇ ਤਿੰਨ ਚਾਰ ਮਹੀਨੇ ਬਾਅਦ ਆ ਸਕਦਾ। ਪਰ ਸਬਸਕ੍ਰਾਈਬਰ ਕਿੰਨੂੰ ਦਿਆਂਗੇ, ਇਹ ਵੀ ਨੀ, ਦੋ ਤਿੰਨ ਕਿਲੋ ਨਾਲ ਦਿਆਂਗੇ। ਚਲੋ ਹੁਣ ਅਗਲੇ ਆਪਾਂ ਅਗਲੇ ਡੇਰੇ ਤੇ ਯਾਰ ਜਾਂਦੇ ਹੈਗੇ ਆ, ਉੱਥੇ ਵੀ ਵਿਜ਼ਿਟ। ਚਲੋ ਆਇਓ ਸਬਜ਼ੀ ਵੀ ਖਾ ਕੇ ਫਿਰ ਅਗਲੇ ਡੇਰੇ ਵੀ ਜਾਣਾ। ਆ ਯਾਰ ਗੰਢੇ ਬੀਜੇ ਹੋਏ ਨੇ, ਚੈੱਕ ਕਰੋ। ਔਰ ਇੱਧਰ ਆ ਮੇਥੀ ਮੂਥੀ ਵੀ ਬੀਜੀ ਹੈਗੀ, ਚੈੱਕ ਕਰੋ। ਹਾਂ ਤਾਲਾ ਜੀ ਦੱਸੋ ਜਿੰਨੇ ਗੰਢੇ ਬੀਜੇ ਆ ਕਿੰਨੇ ਮਣ ਨਿਕਲਾਂਗੇ? ਇਹ ਕੋਈ ਦੋ ਤਿੰਨ ਮਣ ਨਿਕਲੇ ਹੋਣਗੇ ਘਰ ਦੇ ਯੂਜ਼ ਵਾਸਤੇ, ਘਰ ਵਾਸਤੇ ਨਿਕਲੇ ਹੋਣਗੇ। ਅੱਛਾ ਡੇਰੇ ਦੇ ਕੋਈ ਬੰਦੇ ਆ ਜਾਣ ਉਹਨਾਂ ਵਾਸਤੇ ਬੰਦਾ, ਪਹਿਲੇ ਕਿਲੋ ਦੀ ਸਾਈਡ ਤੇ ਨੁੱਕ ਤੇ ਬੜੇ ਬੀਜੇ। ਹਾਂ ਉਹ ਵੀ ਤੁਹਾਨੂੰ ਵਿਜ਼ਿਟ ਕਰਾਣੇ ਆ ਗਏ ਉਹ ਬੰਦੇ ਵਾਲੇ। ਹੁਣ ਬਸ ਸਹੀ ਹੋ। ਚਲੋ ਠੀਕ, ਆ ਲੱਸੀ ਦੋ ਤਿੰਨ ਮਣ ਹੋਵੇਗਾ ਘਰ ਵਾਸਤੇ। ਕੋਈ ਡੇਰੇ ਦੇ ਬੰਦੇ ਆ ਜਾਂਦੇ ਉਹਨਾਂ ਵਾਸਤੇ ਬੰਦਾ ਹਾਂਡੀ ਚ ਪਾ ਪੂ ਲੈਂਦਾ ਹੈਗਾ। ਵੈਸੇ ਲਾਲਾ ਜੀ ਤੁਹਾਡੇ ਕੋਲ ਇਸ ਟਾਈਮ ਮਤਲਬ ਕਿ ਕਿੰਨੀਆਂ ਕਾਰਾਂ ਨੇ, ਕਿੰਨਾ ਰਕਮਾ ਹੈ ਮਾਸ਼ਾਅੱਲਾ, ਉਹ ਦੱਸੋ ਆਪਣੇ ਕੋਲ ਫਾਰਚੂਨਰ ਦੇ ਬਾਰੇ ਜਾਂ ਕਿਹੜੀ? ਉਹ ਇੱਥੇ ਬ੍ਰੇਕ ਲਾਈ ਮੜੀ ਜੀ। ਲਾਲਾ ਜੀ ਦੱਸੋ ਜ਼ਮੀਂਦਾਰਾ ਕਿੰਨਾ ਔਖਾ ਹੈ, ਕਿੰਨੀ ਮਿਹਨਤ? ਜ਼ਮੀਂਦਾਰਾ ਯਾਰ ਬਹੁਤ ਔਖਾ ਹੈਗਾ, ਵੇਖ ਲਓ ਰੋਜ਼ੇ ਨੇ ਤੇ ਮੈਂ ਜ਼ਮੀਂਦਾਰਾ ਦੇ ਵਿੱਚ ਆਇਆ ਫਿਰਦਾ ਰੋਜ਼ੇ ਰੱਖ ਕੇ ਪੂਰੇ ਇੱਥੇ ਆਪਣੇ ਫਸਲ ਗੇੜੇ ਲਾਣੇ ਪੈਂਦੇ ਮਿੰਟ ਮਿੰਟ ਬਾਅਦ। ਜੇ ਗੇੜੇ ਨਾ ਲਾਓ ਤਾਂ ਪਿੱਛੋਂ ਕੋਈ ਗੰਢੇ ਪੱਟ ਜਾਂਦਾ, ਕੋਈ ਲਸਣ ਲੈ ਜਾਂਦਾ। ਅੱਛਾ ਕੋਈ ਸਬਸਕ੍ਰਾਈਬਰ ਪੱਟ ਕੇ ਲਾਇਆ ਫਿਰ? ਚਲੋ ਉਹ ਤਾਂ ਲੈ ਗਿਆ, ਵੱਖਰੀ ਗੱਲ ਹੈ, ਉਹਨੇ ਬੰਦੇ ਨੇ ਆਪਾਂ ਨੂੰ ਕੀਤਾ ਤਾਂ ਹੋਇਆ ਲਾਈਕ ਫਾਲੋ। ਹੁਣ ਇੱਕ ਹੋਰ ਜਿਹੜਾ ਤੁਹਾਡਾ ਦੂਸਰਾ ਹੈ ਤਾਂ ਲਾਲਾ ਫਾਰਮ ਹਾਊਸ ਹੈ, ਇੱਕ ਹੋਰ ਲਾਲੇ ਦਾ ਫਾਰਮ ਹੈ ਬਹੁਤ, ਉਹ ਦੂਜਾ ਡੇਰਾ ਆਪਾਂ ਚੈੱਕ ਕਰਾਉਂਦੇ ਹਾਂ, ਉਹਦਾ ਨਾਮ ਕੀ ਹੈ? ਉਹ ਲਾਲਾ ਫਾਰਮ ਹਾਊਸ 2 ਹੈਗਾ। ਅੱਛਾ ਲਾਲਾ ਫਾਰਮ ਹਾਊਸ 2 ਵੀ ਤੁਹਾਨੂੰ ਵਿਜ਼ਿਟ ਕਰਾਉਂਦੇ ਆ। ਚਲੋ ਜੀ ਇੱਥੇ ਲਾਓ ਬ੍ਰੇਕ ਅਗਲੇ ਫਾਰਮ ਹਾਊਸ। ਅਸਲਾਮ ਵਾਲੇਕੁਮ ਜੀ, ਤੁਹਾਨੂੰ ਲਾਲਾ ਫਾਰਮ ਹਾਊਸ ਫੇਜ਼ 1 ਦਾ ਟੂਰ ਕਰਾਤਾ ਸਾਰਾ ਤੇ ਹੁਣ ਦੂਜੇ ਦਾ ਵੀ ਕਰਾਵਾਂਗੇ। ਤੇ ਲਾਲਾ ਜੀ ਕਿਹੜੀ ਗੱਡੀ ਤੇ ਜਾ ਰਹੇ ਆ ਆਪਾਂ ਹੁਣ ਦੱਸੋ? ਗੱਡੀਆਂ ਤਾਂ ਵੇਖੋ ਜੀ, ਉਹ ਮੁਲਾਜ਼ਮ ਮੁਲਾਜ਼ਮ ਲੈ ਕੇ ਹੈਗੇ ਨੇ। ਕਿਹੜੀ ਕਿਹੜੀ ਗੱਡੀ ਮੁਲਾਜ਼ਮ ਲੈ ਕੇ? ਫਾਰਚੂਨਰ ਦਾ GLI ਉਹ ਸਾਰੇ ਲਈ ਫਿਰਦੇ ਆਪਾਂ। ਤੇ ਹੁਣ ਜਿਹੜੀ ਖੜੀ ਹੋਈ ਜਿਹੜੀ ਗੱਡੀ ਉੱਥੇ ਤੁਸੀਂ ਸਾਨੂੰ ਉੱਥੇ ਲੈ ਕੇ ਤੁਹਾਨੂੰ। ਚਲੋ ਹੋ ਸਕਦਾ। ਤੇ ਇੱਕ ਮਿੰਟ ਲਾਲਾ ਜੀ ਦਾ ਉਹ ਗਾਰਡ ਵੇਖ ਲਓ, ਸਕਿਉਰਟੀ ਗਾਰਡ ਰੱਖੀ ਹੋਈ ਹੈ ਜਿੰਨੇ ਆਣਾ ਉਹ ਆਪਣਾ ਉਹ ਜ਼ੂਮ ਮਾਰ ਦਿਓ ਡੋਗੀ ਦੇ। ਲਾਓ ਸੁਫਿਆਨ ਭਾਈ। ਲਾਲਾ ਜੀ ਆ ਕੀ ਫਾਰਚੂਨਰ ਕਿੱਥੇ ਜੀ? ਯਾਰ ਤੈਨੂੰ ਦੱਸਿਆ ਤਾਂ ਹੈਗਾ ਮੁਲਾਜ਼ਮ ਲੈ ਗਏ ਨੇ, ਉਹ ਆਪਾਂ ਕਦੀ ਫਰਕ ਨਹੀਂ ਰੱਖਿਆ ਉਹਨਾਂ ਦੇ ਨਾਲ। ਮੇਰਾ ਨਾਮ ਨਹੀਂ ਲਾਲਾ ਜੀ, ਰੋਡ ਬਣਾਓ ਯਾਰ। ਰੋਡ ਬਣਾਉਣਾ ਲਾਲਾ ਜੀ, ਐਡਾ ਵੱਡਾ ਮਾਸ਼ਾਅੱਲਾ ਤੁਹਾਡਾ ਇਲਾਕੇ ਚ ਨਾਮ, ਪੂਰੀ ਦੁਨੀਆ ਤੁਹਾਨੂੰ ਜਾਣਦੀ। ਆ ਰੋਡ ਤੇ ਮਾੜੀ ਜੀ ਵੇਖੋ ਨਾ, ਜਿੱਥੇ ਮੈਂ ਤੁਰ ਰਿਹਾ ਵੇਖੋ, ਮਾਰੋ ਇੰਨੀ ਮਿੱਟੀ ਮੋੜ, ਆਪਣੀ ਗੱਡੀ ਚੱਲੀ ਨੀ, ਉਹ ਡਰਾਈਵਰ ਨੂੰ ਦੇਖੋ ਗੱਡੀ ਲੈ ਗਿਆ ਯਾਰ, ਤੇ ਤੁਰ ਕੇ ਜਾ ਰਿਹਾ। ਲਾਲਾ ਜੀ ਇਹ ਤਾਂ ਤੁਸੀਂ ਬੇਸ ਕਰਾ ਰਹੇ ਹੋ, ਹੱਥਲ ਕਰਾ ਰਹੇ ਹੋ? ਨਹੀਂ ਯਾਰ, ਆਪਾਂ ਹੁਣ ਬਣਾਵਾਂਗੇ ਕੰਮ, ਇਹਦਾ ਸ਼ੁਰੂ ਕਰਾਉਂਦੇ ਆ, ਇੱਥੇ ਸੋਲਨ ਲਵਾਉਂਦੇ ਆ ਆਪਾਂ। ਠੀਕ ਹੋ ਗਿਆ, ਸੋਲ ਆਇਆ ਵੀ ਯਾਰ ਆਪਣਾ ਪੱਕਾ ਨਾਲ ਪੱਕਿਆ ਪਿਆ ਹੈਗਾ। ਲਾਲਾ ਜੀ ਲਵਾਓ ਸੋਲਨਗੇ, ਅਗਲੀ ਵੀਡੀਓ ਚ ਕੋਈ ਆਂਦਾ ਆਪਣਾ ਵਿਊਅਰ ਆਂਦਾ ਤਾਂ ਉਹਨੂੰ ਸੋਲਨ ਹੋਣਾ ਚਾਹੀਦਾ ਇੱਥੇ। ਹਾਂ ਇੱਧਰ ਵੀ ਚੈੱਕ ਕਰਾਓ, ਆਹ ਲੱਗਿਆ ਗਏ, ਆਹ ਜਿਹੜੇ ਲੱਗੇ ਹੈਗੇ ਨੇ ਆਹ ਬਾਲਣ ਦੇ ਵਿੱਚ, ਇੱਧਰ ਚੈੱਕ ਕਰਾਓ, ਛਿੱਟੀਆਂ ਬੰਨੀਆਂ ਦੇ ਬਾਗ ਲੱਗੇ ਹੋਏ ਨੇ, ਗਿਰੀਆਂ ਦੇ ਹਾਂਜੀ ਬੂਟੇ ਲਾਏ ਹੋਏ ਨੇ। ਆਹ ਚੈੱਕ ਕਰੋ, ਆਹ ਕਿੰਨੂਆਂ ਦਾ ਬਾਗ ਲੱਗਿਆ ਹੋਇਆ ਸਾਰਾ, ਤੋੜੋ ਤੋੜ, ਆਹ ਕਣਕ ਲੱਗੀ ਹੋਈ ਵਿੱਚ। ਇਹ ਪੁਰਾਣਾ ਬਾਗ ਹੈਗਾ ਜਿਹੜਾ ਪਹਿਲਾਂ ਮਾਸ਼ਾਅੱਲਾ ਸੋਹਣਾ ਫਲ ਇਹਨੂੰ ਲੱਗਦਾ ਨਹੀਂ ਹੈਗਾ ਪਹਿਲਾਂ। ਬੂਟੇ ਚੈੱਕ ਕਰੋ ਮਾਸ਼ਾਅੱਲਾ, ਇਹਨਾਂ ਨੂੰ ਵੀ ਫਲ ਲੱਗ ਰਿਹਾ ਹੈਗਾ ਤਾਂ ਟੋਟਲੀ, ਜਿੰਨੇ ਆਣਾ ਚਾਹੇ ਉਹ ਬਿਨਾਂ ਤਕੱਲਫ ਆ ਸਕਦਾ ਹੈਗਾ, ਸੇਵਾ ਕਰਾਂਗੇ। ਆਓ ਯਾਰ ਅਬਦੁੱਲਾ ਭਾਈ ਦੱਸੋ ਯਾਰ ਕਣਕ ਦੇ ਬਾਰੇ। ਯਾਰ ਅਬਦੁੱਲਾ ਭਾਈ ਆਏ ਸੀ ਯਾਰ ਸਾਡੇ ਕੋਲ, ਚੈੱਕ ਕਰੋ ਯਾਰ, ਦੱਸੋ ਯਾਰ ਅਬਦੁੱਲਾ ਭਾਈ ਕਿਵੇਂ ਦਾ ਤੁਹਾਨੂੰ ਲੱਗਿਆ ਆ ਕੇ ਸਾਡੇ? ਮਾਸ਼ਾਅੱਲਾ ਜੀ ਰੌਣਕਾਂ ਲੱਗੀਆਂ ਨੇ। ਹਾਂਜੀ ਜ਼ਿੰਦਗੀ ਵੀ ਚਾਸੀ ਲਾਲਾ ਜੀ, ਤਾਂ ਥਾਂ ਤੇ ਪਤਾ ਲੱਗਦਾ ਬੰਦਾ ਕਿਤੇ ਫਰੰਟ ਟਰਨ ਆਇਆ ਜੀ। ਸਹੀ, ਕਣਕ ਠੀਕ ਹੈ ਮਾਸ਼ਾਅੱਲਾ ਆਪਣੇ। ਮੈਂ ਨਾ ਬੂਟੇ ਜੀ ਜਿਹੜਾ ਕੱਢਦਾ ਦੇਖੋ। ਹਾਂਜੀ ਦੱਸੋ,
ਕਿੰਨੀ ਕੁ ਮਤਲਬ ਤੁਹਾਡੇ ਦੀ ਅੰਦਾਜ਼ੇ ਨਾਲ? 60 ਕੁ ਮਾਣਾ ਐਵਰੇਜ ਹੈ। ਚਲੋ ਮਾਸ਼ਾਅੱਲਾ ਠੀਕ ਹੋ ਗਿਆ। ਹੋਰ ਇਸ ਤੋਂ ਇਲਾਵਾ ਕੋਈ ਗੱਲ ਕਰਨਾ? ਤੁਹਾਡੀ ਬੇਰ ਵੀ ਲੱਗੇ ਨੇ ਯਾਰ, ਉਹ ਤੁਹਾਨੂੰ ਬੇਰ ਵੀ ਖਵਾਉਣੇ ਹੈਗੇ ਆ ਅਗਰ ਖਾਣੇ ਨੇ। ਇੱਧਰ ਵੀ ਸਬਜ਼ੀ ਬੀਜੀ ਹੈਗੀ, ਸਬਜ਼ੀ ਦਾ ਵਿਜ਼ਿਟ ਕਰਾਓ ਜੀ ਇੱਧਰ ਵੀ। ਆ ਜਾਓ ਲਸਣ ਬੀਜਿਆ ਹੈਗਾ ਟੋਟਲੀ, ਇੱਥੇ ਵੀ ਦੋ ਤਿੰਨ ਮਾਣ ਹੋ ਜਾਏਗਾ। ਪਤਾ ਤਾਂ ਨਹੀਂ ਅਬਦੁੱਲਾ ਬਾਈ ਤੁਹਾਡਾ ਰੋਜ਼ਾ ਬਾਈ ਰੋਜ਼ਾ? ਚਲੋ ਤੋੜ ਕੇ ਤੁਹਾਨੂੰ ਦੇ ਦਿੰਦੇ ਹਾਂ, ਤੁਸੀਂ ਚਾਹ ਘਰ ਜਾ ਕੇ ਇਫਤਾਰੀ ਟਾਈਮ ਚਾਹ ਕਰ ਲਿਓ। ਕਿਹੜੇ ਨੇ ਸੌ ਨੇ ਪਿੰਡ ਨੇ ਕਿਹੜੇ ਨੇ? ਇਹ ਸੌ ਵੀ ਨੇ ਪਿੰਡੂ ਵੀ ਨੇ, ਸਾਰੇ ਮਿਕਸ ਹੈਗੇ ਨੇ, ਬੂਟੇ ਤਿੰਨ ਚਾਰ ਲੱਗੇ ਹੋਏ ਨੇ, ਬੇਰੀਆਂ ਹੈਗੀਆਂ ਨੇ। ਤੋੜ ਕੇ ਦੇ ਦਿੰਦੇ ਹਾਂ। ਚਲੋ ਤੋੜ ਕੇ ਤੁਹਾਨੂੰ ਦੇ ਦਿੰਦੇ ਇਫਤਾਰੀ ਤੋਂ ਬਾਅਦ, ਤੁਸੀਂ ਚਾਹ ਕਰ ਲਿਓ। ਆ ਜਾਓ ਜੀ। ਆ ਯਾਰ ਨਿੰਬੂਆਂ ਦਾ ਬੂਟਾ ਚੈੱਕ ਕਰੋ, ਆ ਨਿੰਬੂ ਚੈੱਕ ਕਰਾਓ, ਇੱਧਰ ਚੈੱਕ ਕਰਾਓ, ਤਾਜ਼ੇ 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 ਨਿੰਬੂ। ਅਗਰ ਕਿਸੇ ਨੂੰ ਚਾਹੀਦੇ ਹੋਣ ਫਾਰਮ ਹਾਊਸ ਤੇ ਆ ਕੇ ਲੈ ਸਕਦਾ ਹੈਗਾ। ਕਿਉਂ ਅਬਦੁੱਲਾ ਭਾਈ ਨਿੰਬੂ ਕੈਸੇ ਨੇ ਚੈੱਕ ਕਰਕੇ ਦੱਸੋ ਯਾਰ। ਨਿੰਬੂ ਯਾਰ ਰੋਜ਼ਾ ਹੈ ਮੇਰਾ, ਮੈਂ ਕਿਵੇਂ ਚੈੱਕ ਕਰਾਂ? ਜਾ ਕੇ ਚੈੱਕ ਕਰਿਓ, ਚਾਹੀਦੇ ਹੋਏ ਇਹ ਵੀ ਲੈ ਬਣਾ ਕੇ ਇਨਸ਼ਾਅੱਲਾ ਲੈ ਕੇ ਜਾ ਸਕਦੇ ਹੋ ਤੁਸੀਂ ਬਿਨਾਂ ਗੱਲ। ਆ ਜਾਓ ਅੱਗੇ ਵੀ ਤੁਹਾਨੂੰ ਚੈੱਕ ਕਰਾਉਂਦੇ ਆ ਕੇ, ਫਾਲਸਿਆਂ ਦੇ ਬੂਟੇ ਲੱਗੇ ਹੈਗੇ ਨੇ। ਆ ਚੈੱਕ ਕਰੋ ਯਾਰ, ਫਲ ਬੇਬਾ ਥੱਲੇ ਨਿੰਬੂ ਡਿੱਗੇ ਪਏ ਨੇ, ਚੈੱਕ ਕਰੋ ਯਾਰ। ਆ ਚੈੱਕ ਕਰੋ, ਬੇਬਾ ਫਲ ਜਿਹਨੂੰ ਆ ਚੈੱਕ ਕਰੋ ਯਾਰ, ਬਿਨਾਂ ਤਕੱਲਫ ਥੱਲੇ ਡਿੱਗਿਆ ਹੋਇਆ ਝੜ ਝੜ, ਅਸੀਂ ਵੀ ਨਹੀਂ ਇਸਤੇਮਾਲ ਕਰਦੇ ਹੈਗੇ ਯਾਰ। ਜੋ ਦੇ ਉਹਦਿਆਂ ਦਾ ਮਹੀਨਾ ਜਿਹੜਾ ਆਏਗਾ ਉਹਨੂੰ ਦਿਆਂਗੇ। ਆਏ ਤਾਂ ਸਹੀ ਕੋਈ ਬੰਦਾ ਵਿਜ਼ਿਟ ਕਰੇ ਭਾਈ, ਇਹਨਾਂ ਅਸੀਂ ਆਵਾਂ ਦਿਆਂਗੇ ਉਹਨੂੰ, ਚੈੱਕ ਕਰੋ। ਹਾਂ ਲਾਲਾ ਫਾਰਮ ਹਾਊਸ ਟੂ ਕਰੋ ਯਾਰ। ਫਲ ਸਾਰਾ ਥੱਲੇ ਡਿੱਗਿਆ ਪਿਆ ਬੇਰੀ ਦਾ, ਬੇਰ ਸਾਰੇ ਕਿਸੇ ਨੇ ਖਾਧਾ ਨਹੀਂ ਹੈਗਾ। ਮੈਂ ਤਾਂ ਗਰੀਬਾਂ ਦਾ ਪਹਿਲੇ ਭਲਾ ਬਹੁਤ ਸੋਚਦਾ ਹੈਗਾ, ਕੋਈ ਬੰਦਾ ਆ ਕੇ ਖਾਵੇ ਯਾਰ, ਕਿਸੇ ਦੇ ਮੂੰਹ 'ਚ ਪਵੇ। ਥੱਲੇ ਵੇਖੋ ਜ਼ਾਇਆ ਹੋ ਰਿਹਾ, ਪੈਰਾਂ ਥੱਲੇ ਆ ਕੇ ਚੈੱਕ ਕਰਾਓ ਬੇਰ ਜੀ ਇੱਧਰ। ਮਾਸ਼ਾਅੱਲਾ ਦੇਸੀ ਬੇਰੀ ਆ, ਚੈੱਕ ਕਰੋ ਟੋਟਲੀ ਫਲ ਫੁੱਲ ਲੱਗਿਆ ਹੋਇਆ ਬੇਰੀ ਨੂੰ। ਅਬਦੁੱਲਾ ਭਾਈ ਨੂੰ ਦਿਆਂਗੇ ਯਾਰ। ਅਬਦੁੱਲਾ ਭਾਈ ਕੈਸੇ ਬੇਰ ਨੇ ਚੈੱਕ ਕਰੋ। ਹਾਂ ਮਾਸ਼ਾਅੱਲਾ ਯਾਰ ਬਾਈ, ਕਿੰਨੀ ਵਾਰ ਦੱਸਿਆ ਰੋਜ਼ਾ ਜਾ ਕੇ ਰੋਜ਼ਾ ਤੇ ਹੈਗਾ, ਤੁਸੀਂ ਹੱਥ 'ਚ ਫੜ ਕੇ ਦੇਖੋ ਨਾ ਕੈਸੇ ਹੈਗੇ ਨੇ, ਮਤਲਬ ਫਲ ਸੋਹਣੇ ਨੇ ਕਿਵੇਂ ਦੇ ਨੇ। ਹਾਂ ਆ ਚੈੱਕ ਕਰਾਓ ਯਾਰ, ਫਲ ਵੇਖੋ ਥੱਲੇ ਕਿਰਿਆ ਗਿਆ, ਵਿਜ਼ਿਟ ਪੂਰਾ ਕਰਾ ਤੇ ਹੈਗੇ ਦੋਵੇਂ ਹੀ। ਕੋਈ ਬੰਦਾ ਅਗਰ ਆਉਣਾ ਚਾਹੁੰਦਾ ਹੈਗਾ ਤੋ ਮੈਂ ਨੰਬਰ ਦਿੱਤਾ ਹੈਗਾ, ਇੱਕ ਵਾਰੀ ਹੋਰ ਮੈਂਸ਼ਨ ਕਰਦੇ ਯਾਰ ਸੁਫੀਆਨ ਬਾਈ ਤੁਸੀਂ। ਮੈਂ ਮੈਂਸ਼ਨ ਕਰ ਦਿਆਂਗਾ ਲਾਲਾ ਫਾਰਮ ਹਾਊਸ ਫੇਸ 2, ਚੰਗਾ ਭਲਾ ਫਲ ਲੱਗਾ ਹੋਇਆ ਵਾ। ਲਾਲਾ ਫਾਰਮ ਹਾਊਸ ਫੇਸ 1 ਵੀ ਹੈ, ਜੇ ਫੇਸ 3 ਵੀ ਕਰਨਾ ਇਹਨਾਂ ਨੇ। ਲਾਲੇ ਕੋ ਮਾਸ਼ਾਅੱਲਾ ਪੈਸਾ ਪੂਸਾ ਹੈ ਲਾਲਾ, ਡੇਰਾ ਫੇਰ ਇੱਕ ਵਾਰੀ ਇਧਰ ਵਿਜ਼ਿਟ ਕਰਾ ਦੇ, ਕੋਈ ਬੰਦਾ ਆਣਾ ਚਾਹੇ ਬਿਨਾਂ ਤਕੱਲਫ ਆ ਸਕਦਾ ਹੈਗਾ ਯਾਰ, ਸਬਸਕ੍ਰਾਈਬ ਕਰ ਕੇ ਆਵੇ। ਹਾਂ ਆ ਬੇਰ ਵੀ ਚੋਰੀ ਗੱਲ ਨੂੰ ਦੇਖਤੇ ਆ ਗਏ ਨੇ ਬਿਨਾਂ ਤਕੱਲਫ, ਦੋ ਦੋ ਹੀ ਤੁਹਾਨੂੰ ਲੱਭਣਗੇ। ਨਹੀਂ ਦੋ ਦੋ ਨਹੀਂ, ਆਪਾਂ ਉਹਨਾਂ ਨੂੰ ਛਾਪਰ ਭਰ ਕੇ ਦਿਆਂਗੇ। ਆਓ ਵੇਖੋ ਨਾਲ ਗੱਡੀ ਦੇ ਵੀ ਟਿਕਾਤ ਹੈਗਾ, ਪਾਲਕ ਪੂਲਕ ਚੋਰੀ ਕਰਨ ਦੇ ਯਾਰ ਸਾਨੂੰ। ਆ ਚੈੱਕ ਕਰੋ, ਸਟੈਂਡ ਕਰ ਦਿਓ। ਚਲੋ ਠੀਕ ਹੋ ਗਿਆ।